ਸਤਿ ਸ਼੍ਰੀ ਅਕਾਲ ਜੀ, ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਅਵਤਾਰ ਸਿੰਘ ਕੰਬੋਜ। ਦੋਸਤੋ, ਅੱਜ ਫਿਰ ਆਪਾਂ ਇੱਕ ਵੀਡੀਓ ਕਾਰ ਦੇ ਨਾਲ ਸੰਬੰਧਿਤ ਲੈ ਕੇ ਆਏ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਕਾਰ ਦੇ ਜਿਹੜੇ ਅਗਲੇ ਟਾਇਰ ਹੁੰਦੇ ਨੇ ਉਹ ਕਿਸ ਤਰ੍ਹਾਂ ਸਿੱਧੇ ਰੱਖਣੇ ਹੁੰਦੇ ਨੇ, ਕਿਉਂਕਿ ਜਦੋਂ ਅਸੀਂ ਕਾਰ ਨੂੰ ਕਿਤੇ ਲਿਜਾ ਕੇ ਖੜੀ ਕਰ ਦਿੰਦੇ ਹਾਂ ਤਾਂ ਉਸ ਤੋਂ ਬਾਅਦ ਕਈ ਵਾਰੀ ਸਾਡੇ ਮਾਇੰਡ ਦੇ ਵਿੱਚੋਂ ਨਿਕਲ ਜਾਂਦਾ ਕਿ ਕਾਰ ਦੇ ਇਸ ਵਕਤ ਟਾਇਰ ਕਿਹੜੇ ਪਾਸੇ ਨੂੰ ਨੇ, ਤਾਂ ਫਿਰ ਜਦੋਂ ਅਸੀਂ ਗੱਡੀ ਨੂੰ ਤੋੜਦੇ ਹਾਂ ਤਾਂ ਕਈ ਵਾਰ ਸਾਨੂੰ ਅੰਦਾਜ਼ਾ ਨਹੀਂ ਰਹਿੰਦਾ ਕਿ ਟਾਇਰ ਕਿਹੜੇ ਪਾਸੇ ਨੇ ਅਤੇ ਅਸੀਂ ਕਨਫਿਊਜ਼ ਜਿਹੇ ਹੋ ਜਾਂਦੇ ਹਾਂ। ਸੋ ਗੱਡੀ ਦੇ ਅੰਦਰ ਬੈਠੇ ਬੈਠੇ ਅਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੀ ਗੱਡੀ ਦੇ ਟਾਇਰ ਬਿਲਕੁਲ ਸਿੱਧੇ ਨੇ, ਇਹੀ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਲੱਗੇ ਹਾਂ। ਤਾਂ ਫਿਰ ਦੋਸਤੋ, ਸਾਨੂੰ ਆਪਣੀ ਗੱਡੀ ਦੇ ਅਗਲੇ ਟਾਇਰਾਂ ਦੀ ਦਿਸ਼ਾ ਦਾ ਅੰਦਾਜ਼ਾ ਲਗਾਉਣ ਦੇ ਲਈ ਸਾਨੂੰ ਆਪਣੇ ਸਟੀਅਰਿੰਗ ਦੀ ਦਿਸ਼ਾ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਪਊਗਾ। ਹੁਣ ਸਟੀਅਰਿੰਗ ਦੀ ਦਿਸ਼ਾ ਕੀ ਹੋਣੀ ਚਾਹੀਦੀ ਹੈ ਅਤੇ ਸਟੀਅਰਿੰਗ ਤੋਂ ਅਸੀਂ ਕਿਵੇਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਟਾਇਰ ਬਿਲਕੁਲ ਸਿੱਧੇ ਨੇ, ਉਸਦੇ ਲਈ ਸਾਨੂੰ ਸਭ ਤੋਂ ਇੱਕ ਅਹਿਮ ਗੱਲ ਜੋ ਯਾਦ ਰੱਖਣ ਵਾਲੀ ਹੈਗੀ ਹੈ ਉਹ ਹੁੰਦਾ ਇਹ ਵਾਲਾ ਸਰਫੇਸ, ਸਟੀਅਰਿੰਗ ਦਾ ਇਹ ਵਾਲਾ ਸਰਫੇਸ। ਜਦੋਂ ਇਸ ਵਾਲੇ ਸਰਫੇਸ ਦੇ ਸਟੀਅਰਿੰਗ ਦਾ ਆਹ ਵਾਲਾ ਹਿੱਸਾ ਬਿਲਕੁਲ ਪੈਰਲਲ ਹੁੰਦਾ ਹੈ ਤਾਂ ਉਸਦਾ ਮਤਲਬ ਹੁੰਦਾ ਹੈ ਕਿ ਸਾਡੀ ਗੱਡੀ ਦੇ ਟਾਇਰ ਬਿਲਕੁਲ ਸਿੱਧੇ ਹੋ ਸਕਦੇ ਹਨ। ਲੇਕਿਨ ਇਸ ਦੇ ਵਿੱਚ ਵੀ ਕਨਫਿਊਜ਼ਨ ਪੈਦਾ ਹੋ ਸਕਦੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਵੀ ਸਥਾਨ ਦੇ ਉੱਪਰ ਜਾ ਕੇ ਗੱਡੀ ਖੜਾਉਂਦੇ ਹਾਂ ਤਾਂ ਕਈ ਵਾਰੀ ਸਟੀਅਰਿੰਗ ਥੋੜ੍ਹਾ ਜਿਹਾ ਘੁੰਮ ਚੁੱਕਾ ਹੁੰਦਾ ਹੈ ਅਤੇ ਸਟੀਅਰਿੰਗ ਕਿੰਨਾ ਕੁ ਘੁੰਮ ਸਕਦਾ ਹੈ ਇਹ ਵੀ ਤੁਹਾਨੂੰ ਇੱਕ ਵਾਰੀ ਪਰਫੈਕਟ ਇਸਦਾ ਫਾਰਮੂਲਾ ਦੱਸਾਂਗੇ ਕਿ ਕਿਵੇਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਸਭ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਗੱਡੀ ਦਾ ਸਟੀਅਰਿੰਗ ਆਖਿਰ ਘੁੰਮਦਾ ਕਿੰਨਾ ਹੈ। ਇਹ ਇੱਕ ਮੋਟਾ ਜਿਹਾ ਅੰਦਾਜ਼ਾ ਲਗਾ ਲਓ ਕਿ ਕਿਸੇ ਵੀ ਗੱਡੀ ਦਾ ਸਟੀਅਰਿੰਗ, ਤੁਹਾਡੀ ਕਾਰ ਦਾ ਸਟੀਅਰਿੰਗ ਲਗਭਗ ਡੇਢ ਗੇੜਾ ਹੀ ਘੁੰਮ ਸਕਦਾ ਹੈ। ਇੱਕ ਵਾਰੀ ਪਹਿਲਾਂ ਟਾਇਰ ਦੀ ਸਥਿਤੀ ਤੁਸੀਂ ਦੇਖ ਲਓ, ਟਾਇਰ ਬਿਲਕੁਲ ਸਿੱਧੇ ਨੇ ਤਾਂ ਮੈਂ ਤੁਹਾਨੂੰ ਸਟੀਅਰਿੰਗ ਘੁਮਾ ਕੇ ਦਿਖਾਊਂਗਾ। ਤਾਂ ਇਸ ਵਕਤ ਟਾਇਰ ਸਿੱਧੇ ਨੇ ਤਾਂ ਸਟੀਅਰਿੰਗ ਵੀ ਸਾਡਾ ਸਰਫੇਸ ਦੋਨੋਂ ਇਹ ਵਾਲਾ ਸਰਫੇਸ ਅਤੇ ਇਹ ਵਾਲਾ ਸਰਫੇਸ ਇਸ ਵਕਤ ਪੈਰਲਲ ਨੇ, ਆਹ ਚੀਜ਼ ਸਾਨੂੰ ਬਿਲਕੁਲ ਸਿੱਧੀ ਨਜ਼ਰ ਆ ਰਹੀ ਹੈ। ਹੁਣ ਜੇਕਰ ਆਪਾਂ ਸਟੀਅਰਿੰਗ ਨੂੰ ਘੁਮਾਈਏ ਤਾਂ ਆਹ ਹੋ ਗਿਆ ਇੱਕ ਗੇੜਾ, ਕਿਉਂਕਿ ਇਸਦੇ ਫਿਰ ਇੱਕ ਵਾਰੀ ਪੈਰਲ ਆ ਚੁੱਕਾ ਅਤੇ ਆਪਾਂ ਹੁਣ ਫਿਰ ਦੁਬਾਰਾ ਘੁਮਾਵਾਂਗੇ, ਆਹ ਅੱਧਾ ਗੇੜਾ ਆਇਆ। ਇਸਦਾ ਮਤਲਬ ਡੇਢ ਗੇੜਾ ਹੀ ਸਟੀਅਰਿੰਗ ਘੁੰਮ ਸਕਦਾ ਹੈ। ਹੁਣ ਜੇਕਰ ਆਪਾਂ ਇਸ ਨੂੰ ਬਿਲਕੁਲ ਸਿੱਧਾ ਲੈ ਕੇ ਆਉਣਾ ਤਾਂ ਆਪਾਂ ਨੂੰ ਡੇਢ ਗੇੜਾ ਵਾਪਸ ਲੈ ਕੇ ਆਉਣਾ ਪਊਗਾ। ਆਹ ਆਪਣਾ ਅੱਧਾ ਗੇੜਾ ਆ ਗਿਆ, ਇਹ ਸਰਫੇਸ ਸਿੱਧਾ ਹੋ ਚੁੱਕਾ ਹੈ ਅਤੇ ਆਹ ਹੁਣ ਆ ਚੁੱਕਾ ਪੂਰਾ ਗੇੜਾ ਅਤੇ ਸਰਫੇਸ ਫਿਰ ਸਿੱਧਾ ਹੋ ਚੁੱਕਾ। ਤਾਂ ਹੁਣ ਇੱਕ ਵਾਰੀ ਆਪਾਂ ਟਾਇਰ ਦੇਖੀਏ ਤਾਂ ਟਾਇਰ ਵੀ ਇਸ ਵਕਤ ਹੁਣ ਬਿਲਕੁਲ ਸਿੱਧੇ ਹੋ ਚੁੱਕੇ ਨੇ। ਤਾਂ ਦੋਸਤੋ, ਇਹ ਤਾਂ ਆਪਾਂ ਸਟੀਅਰਿੰਗ ਨੂੰ ਘੁਮਾਇਆ ਸੱਜੇ ਪਾਸੇ, ਹੁਣ ਜੇਕਰ ਆਪਾਂ ਖੱਬੇ ਪਾਸੇ ਘੁਮਾਵਾਂਗੇ ਤਾਂ ਵੀ ਡੇਢ ਗੇੜੇ ਹੀ ਸਟੀਅਰਿੰਗ ਲਵੇਗਾ। ਫਿਰ ਇੱਕ ਵਾਰੀ ਦੇਖੋ, ਬਿਲਕੁਲ ਸਿੱਧਾ ਸਰਫੇਸ ਹੈਗਾ ਹੈ, ਇਹ ਆਹ ਆਪਣਾ ਇੱਕ ਗੇੜਾ ਆ ਚੁੱਕਾ ਹੈ ਅਤੇ ਆਹ ਆਪਣਾ ਆਇਆ ਡੇਢ ਗੇੜਾ। ਤਾਂ ਹੁਣ ਟਾਇਰ ਬਿਲਕੁਲ ਉੱਧਰ ਹੋ ਚੁੱਕਾ ਹੈ, ਤਾਂ ਇਹਨੂੰ ਵਾਪਸ ਲੈ ਕੇ ਆਵਾਂਗੇ ਅੱਧਾ ਗੇੜਾ ਅਤੇ ਆ ਚੁੱਕਾ ਆ ਗਿਆ ਡੇਢ ਗੇੜਾ ਅਤੇ ਹੁਣ ਆਪਣੇ ਟਾਇਰ ਫਿਰ ਬਿਲਕੁਲ ਸਿੱਧੇ ਹੋ ਚੁੱਕੇ ਹੋਣਗੇ। ਤਾਂ ਦੋਸਤੋ, ਮੈਂ ਪਿੱਛੇ ਤੋਂ ਆ ਰਿਹਾ, ਸਪੋਜ਼ ਕਰ ਲਓ ਮੈਂ ਇੰਨਾ ਗੱਡੀ ਦਾ ਟਾਇਰ ਮੋੜਿਆ ਅਤੇ ਆਪਣੇ ਸਪੋਟ ਦੇ ਉੱਪਰ ਪਹੁੰਚ ਗਿਆ ਅਤੇ ਗੱਡੀ ਖੜੀ ਕਰ ਦਿੱਤੀ, ਤਾਂ ਉਸ ਤੋਂ ਬਾਅਦ ਮੈਂ ਗੱਡੀ ਤੋਂ ਨੀਚੇ ਆ ਜਾਂਦਾ ਤਾਂ ਤੁਸੀਂ ਦੇਖੋਗੇ ਕਿ ਟਾਇਰ ਇਸ ਵਕਤ ਮੁੜਿਆ ਹੋਇਆ ਨਜ਼ਰ ਆ ਰਿਹਾ। ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ, ਮੈਂ ਦੁਬਾਰੇ ਜਦੋਂ ਗੱਡੀ ਦੇ ਅੰਦਰ ਜਾਣਾ, ਕਿਉਂਕਿ ਗੱਡੀ ਨੂੰ ਜਦੋਂ ਮੈਂ ਸਟਾਰਟ ਕਰਨਾ ਹੈ ਤਾਂ ਜਾਣਾ ਹੈਗਾ, ਤੁਰਨਾ ਹੈਗਾ, ਤਾਂ ਫਿਰ ਮੇਰਾ ਸਟੀਅਰਿੰਗ ਇਸ ਵਕਤ ਇੱਥੇ ਹੈਗਾ, ਤਾਂ ਮੈਨੂੰ ਕਿਸ ਤਰ੍ਹਾਂ ਅੰਦਾਜ਼ਾ ਲੱਗੇਗਾ। ਤਾਂ ਇਹਦੇ ਲਈ ਇੱਕ ਫਾਰਮੂਲਾ ਕਿ ਜਦੋਂ ਤੁਸੀਂ ਗੱਡੀ ਦੇ ਵਿੱਚ ਦੁਬਾਰੇ ਬੈਠਣਾ, ਗੱਡੀ ਨੂੰ ਸਟਾਰਟ ਕਰਨਾ, ਤਾਂ ਉਸ ਵਕਤ ਪਹਿਲਾਂ ਆਪਣੇ ਟਾਇਰ 'ਤੇ ਨਜ਼ਰ ਮਾਰ ਲਓ ਕਿ ਟਾਇਰ ਤੁਹਾਡਾ ਕਿਹੜੇ ਪਾਸੇ ਨੂੰ, ਕਿਹੜੀ ਦਿਸ਼ਾ ਦੇ ਵਿੱਚ ਮੁੜਿਆ ਹੋਇਆ। ਹੁਣ ਸਪੋਜ਼ ਕਰ ਲਓ ਇਹ ਸੱਜੇ ਪਾਸੇ ਮੁੜਿਆ ਹੋਇਆ ਹੈਗਾ, ਤਾਂ ਫਿਰ ਜਦੋਂ ਅਸੀਂ ਗੱਡੀ ਨੂੰ ਸਟਾਰਟ ਕਰਨਾ ਹੈਗਾ, ਕਿਉਂਕਿ ਸਾਡਾ ਟਾਇਰ ਸੱਜੇ ਪਾਸੇ ਮੁੜਿਆ ਹੋਇਆ ਹੈਗਾ, ਤਾਂ ਇੱਕ ਵਾਰੀ ਆਪਾਂ ਆਪਣੇ ਸਟੀਅਰਿੰਗ ਨੂੰ ਪੂਰਾ ਸੱਜੇ ਪਾਸੇ ਲੈ ਕੇ ਆਵਾਂਗੇ। ਹੁਣ ਸਾਡਾ ਸਟੀਅਰਿੰਗ ਪੂਰਾ ਸੱਜੇ ਪਾਸੇ ਆ ਚੁੱਕਾ, ਤਾਂ ਇਸ ਤੋਂ ਬਾਅਦ ਅਸੀਂ ਡੇਢ ਗੇੜਾ ਸਟੀਅਰਿੰਗ ਨੂੰ ਸਿੱਧਾ ਕਰਾਂਗੇ, ਇਹ ਹੋ ਗਿਆ ਅੱਧਾ ਗੇੜਾ ਅਤੇ ਆਹ ਹੋ ਗਿਆ ਪੂਰਾ ਗੇੜਾ। ਤਾਂ ਇਸ ਦੇ ਨਾਲ ਸਾਡਾ ਟਾਇਰ ਬਿਲਕੁਲ ਸਿੱਧੀ ਸਥਿਤੀ ਦੇ ਵਿੱਚ, ਸਿੱਧੀ ਪੋਜੀਸ਼ਨ ਦੇ ਵਿੱਚ ਆ ਚੁੱਕਾ ਹੁੰਦਾ ਹੈ।
ਸੋ ਦੋਸਤੋ ਜੇਕਰ ਟਾਇਰ ਖੱਬੇ ਪਾਸੇ ਮੁੜਿਆ ਹੋਇਆ ਤਾਂ ਸਟੇਅਰਿੰਗ ਨੂੰ ਪੂਰਾ ਖੱਬੇ ਪਾਸੇ ਪਹਿਲਾਂ ਘੁਮਾ ਦਿਓ, ਉਸ ਤੋਂ ਬਾਅਦ ਡੇਢ ਗੇੜਾ ਸਟੇਅਰਿੰਗ ਨੂੰ ਸਿੱਧਾ ਕਰ ਦੇਣਾ ਤਾਂ ਵੀ ਟਾਇਰ ਸਿੱਧਾ ਹੋ ਜਾਵੇਗਾ। ਸੋ ਜਦੋਂ ਵੀ ਗੱਡੀ ਨੂੰ ਤੋਰਨਾ ਹੈ ਉਸ ਵਕਤ ਟਾਇਰ ਬਿਲਕੁਲ ਸਿੱਧੇ ਰੱਖ ਕੇ ਤੋਰਿਆ ਜਾਵੇ ਅਤੇ ਸੜਕ ਜਾਂ ਫਿਰ ਰਸਤੇ ਦੇ ਹਿਸਾਬ ਦੇ ਨਾਲ ਅਸੀਂ ਆਪਣੀ ਗੱਡੀ ਨੂੰ ਮੋੜ ਸਕਦੇ ਹਾਂ। ਇਸ ਤਰ੍ਹਾਂ ਅਸੀਂ ਕਿਸੇ ਵੀ ਕਨਫਿਊਜ਼ਨ ਤੋਂ ਬਚ ਸਕਦੇ ਹਾਂ ਅਤੇ ਕਿਸੇ ਵੀ ਹਾਦਸੇ ਤੋਂ ਬਚ ਸਕਦੇ ਹਾਂ। ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ। ਹੁਣ ਮੈਨੂੰ ਦਿਓ ਇਜਾਜ਼ਤ, ਤੁਸੀਂ ਬਣੇ ਰਹੋ ਲਗਾਤਾਰ ਬਾਈ ਜੀ ਪੰਜਾਬੀ ਦੇ ਨਾਲ। ਧੰਨਵਾਦ ਜੀ।